ਸਤਿ ਸ਼੍ਰੀ ਅਕਾਲ ਸਟੂਡੈਂਟਸ। ਲਾਸਟ ਟਾਈਮ ਆਪਾਂ ਜਿਹੜੇ ਟੋਪਿਕ ਕੀਤੇ ਸੀਗੇ ਪੀ ਐੱਲ ਸੀ ਐਂਡ ਮਾਈਕਰੋ ਕੰਟਰੋਲਰ ਚੈਪਟਰ ਦੇ ਵਿੱਚ ਸਬਜੈਕਟ ਦੇ ਵਿੱਚ ਉਹ ਸੀਗੇ ਕਿ ਬਲੋਕ ਡਾਇਗਰਾਮ ਕੀ ਹੁੰਦਾ, ਪੀ ਐੱਲ ਸੀ ਦਾ ਕੀ ਚੀਜ਼ਾਂ ਹੁੰਦੀਆਂ ਬਲੋਕ ਡਾਇਗਰਾਮ ਦੇ ਵਿੱਚ, ਆਪਣਾ ਪੀ ਐੱਲ ਸੀ ਦੇ ਕੀ ਐਡਵਾਂਟੇਜਸ ਆ ਆਪਾਂ ਨੂੰ, ਰਿਲੇਅ ਦੇ ਓਵਰ ਰਿਲੇਅ ਦੇ ਕੀ ਡਿਸਐਡਵਾਂਟੇਜਸ ਅਤੇ ਪੀ ਐੱਲ ਸੀ ਕੀ ਚੀਜ਼ ਹੁੰਦੀ ਹੈ, ਸਾਰੇ ਟੋਪਿਕ ਆਪਾਂ ਲਾਸਟ ਟਾਈਮ ਡਿਸਕਸ ਕੀਤੇ ਸੀ। ਸੋ ਅੱਜ ਜਿਹੜੇ ਆਪਾਂ ਟੋਪਿਕ ਡਿਸਕਸ ਕਰਨੇ ਆ ਉਹਨਾਂ ਦੇ ਵਿੱਚ ਫਸਟ ਟੋਪਿਕ ਇਹ ਹੈ ਕਿ ਡਿਸਐਡਵਾਂਟੇਜ ਕੀ ਹੈ ਪੀ ਐੱਲ ਸੀ ਦੇ। ਸੋ ਜਿੰਨੀਆਂ ਵੀ ਚੀਜ਼ਾਂ ਆਪਾਂ ਯੂਜ਼ ਕਰਦੇ ਹਾਂ ਹਰ ਚੀਜ਼ ਦੇ ਆਪਣੇ ਕੋਲ ਐਡਵਾਂਟੇਜ ਡਿਸਐਡਵਾਂਟੇਜ ਤਾਂ ਹੁੰਦੇ ਹੀ ਨੇ। ਸੋ ਪੀ ਐੱਲ ਸੀ ਦਾ ਜਿਹੜਾ ਆਪਣੇ ਕੋਲ ਫਸਟ ਆਪਣੇ ਕੋਲ ਡਿਸਐਡਵਾਂਟੇਜ ਆ ਜਾਂਦਾ ਉਹ ਹੈ ਸੈਟਅਪ ਐਂਡ ਟ੍ਰੇਨਿੰਗ ਕੋਸਟ ਕੁੱਡ ਬੀ ਹਾਈ। ਜਿਹੜੀ ਆਪਣੀ ਪੀ ਐੱਲ ਸੀ ਦੀ ਟ੍ਰੇਨਿੰਗ ਕੋਸਟ ਆ ਜਾਂ ਇਹਨੂੰ ਲਗਾਉਣ ਦਾ ਜਿਹੜਾ ਖਰਚਾ ਹੁੰਦਾ ਆ ਉਹ ਬਹੁਤ ਜ਼ਿਆਦਾ ਆਉਂਦਾ, ਸਪੈਸ਼ਲੀ ਜਦੋਂ ਆਪਾਂ ਰਿਮੋਟ ਏਰੀਆ ਦੇ ਵਿੱਚ ਆਪਣੀ ਪੀ ਐੱਲ ਸੀ ਨੂੰ ਯੂਜ਼ ਕਰਨਾ ਆ ਜਾਂ ਇੱਕ ਪਰਟੀਕੁਲਰ ਜਗ੍ਹਾ ਤੋਂ ਬੈਠ ਕੇ ਮੈਂ ਚਾਹੁੰਦਾ ਕਿ ਮੈਂ ਆਪਣੀ ਪੀ ਐੱਲ ਸੀ ਨੂੰ ਯੂਜ਼ ਕਰਾਂ ਤਾਂ ਉੱਥੇ ਮੈਨੂੰ ਕੀ ਆ ਸੈਟਅਪ ਦਾ ਖਰਚਾ ਬਹੁਤ ਆਉਣਾ। ਇਹਨੂੰ ਲਗਾਉਣ ਵਾਸਤੇ ਜਿਹੜੇ ਪਰਸਨ ਵੀ ਚਾਹੀਦੇ ਆ ਉਹ ਕੀ ਆ, ਸਕਿੱਲਡ ਪਰਸਨ ਹੋਣੇ ਚਾਹੀਦੇ ਆ। ਕੋਈ ਵੀ ਆਮ ਪਰਸਨ ਜਿਹੜਾ ਆ ਪੀ ਐੱਲ ਸੀ ਦੇ ਕਨੈਕਸ਼ਨ ਨਹੀਂ ਕਰ ਸਕਦਾ। ਨੈਕਸਟ ਮੇਰੇ ਕੋਲ ਡਿਸਐਡਵਾਂਟੇਜ ਆ ਜਾਂਦਾ ਆ, ਜਿਹੜੀ ਪੀ ਐੱਲ ਸੀ ਹੁੰਦੀ ਆ ਇਹਦੇ ਜਿਹੜੇ ਮੈਨੂਫੈਕਚਰਰ ਹੁੰਦੇ ਆ ਉਹਨਾਂ ਨੇ ਪੀ ਐੱਲ ਸੀ ਨੂੰ ਇਸ ਹਿਸਾਬ ਨਾਲ ਡਿਜ਼ਾਈਨ ਕੀਤਾ ਹੁੰਦਾ ਕਿ ਤੁਸੀਂ ਜੇ ਮੰਨ ਲਓ ਉਹਦਾ ਕੋਈ ਪਾਰਟ ਖਰਾਬ ਹੋ ਜਾਂਦਾ ਆ ਤਾਂ ਤੁਸੀਂ ਕਿਸੇ ਦੂਸਰੀ ਕੰਪਨੀ ਦਾ ਪਾਰਟ ਜਿਹੜਾ ਉਹਦੇ ਵਿੱਚ ਫਿੱਟ ਨਹੀਂ ਕਰ ਸਕਦੇ। ਮੰਨ ਲਓ ਤੁਸੀਂ ਮਿਤਸੁਬਿਸ਼ੀ ਦੀ ਪੀ ਐੱਲ ਸੀ ਖਰੀਦੀ ਆ, ਉਹਦੇ ਵਿੱਚ ਕੋਈ ਪਾਰਟ ਜਿਹੜਾ ਉਹ ਖਰਾਬ ਹੋ ਗਿਆ ਤਾਂ ਤੁਸੀਂ ਉਹਦੇ ਵਿੱਚ ਸੀਮੈਂਸ ਦੀ ਪੀ ਐੱਲ ਸੀ ਦਾ ਪਾਰਟ ਨਹੀਂ ਯੂਜ਼ ਕਰ ਸਕਦੇ। ਅਤੇ ਜੇ ਸੀਮੈਂਸ ਦੀ ਮੰਨ ਲਓ ਪੀ ਐੱਲ ਸੀ ਖਰਾਬ ਹੋ ਗਈ ਆ ਤਾਂ ਉਹਦੇ ਵਿੱਚ ਤੁਸੀਂ ਮਿਤਸੁਬਿਸ਼ੀ ਦਾ ਕੋਈ ਪਾਰਟ ਨਹੀਂ ਯੂਜ਼ ਕਰ ਸਕਦੇ। ਸੋ ਡਿਜ਼ਾਈਨ ਅਤੇ ਕੋਸਟ ਦੀਆਂ ਜਿਹੜੀਆਂ ਆ ਲਿਮਿਟਸ ਇਹਨਾਂ ਨੇ ਸੈੱਟ ਕਰਤੀਆਂ ਕੰਪਨੀਜ਼ ਨੇ। ਅਦਰਵਾਈਜ਼ ਕੀ ਸੀਗਾ, ਜੇ ਮੰਨ ਲਓ ਮੇਰੀ ਪੀ ਐੱਲ ਸੀ ਖਰਾਬ ਹੁੰਦੀ ਆ, ਜੇ ਉਹਦਾ ਕੋਈ ਆਪਾਂ ਨੂੰ ਆਫਟਰ ਮਾਰਕੀਟ ਮਿਲਦਾ ਹੁੰਦਾ ਕੋਈ ਪਾਰਟ ਤਾਂ ਉਹ ਆਪਾਂ ਨੂੰ ਕੀ ਸੀ ਸਸਤਾ ਪੈਣਾ ਸੀਗਾ। ਬਟ ਹੁਣ ਕੀ ਆ, ਜੇ ਪੀ ਐੱਲ ਸੀ ਖਰਾਬ ਹੋ ਜਾਂਦੀ ਆ ਤਾਂ ਉਹ ਕੀ ਆ, ਜੇ ਸੀਮੈਂਸ ਦੀ ਪੀ ਐੱਲ ਸੀ ਆ ਤਾਂ ਸੀਮੈਂਸ ਨੇ ਕੀ ਕੀਤਾ, ਹੁਣ ਉਹਦੇ ਵਿੱਚ ਆਪਾਂ ਕੋਈ ਹੋਰ ਕੰਪਨੀ ਦਾ ਪਾਰਟ ਨਹੀਂ ਯੂਜ਼ ਕਰ ਸਕਦਾ, ਸੀਮੈਂਸ ਆਪਾਂ ਨੂੰ ਕੋਸਟ ਉਸ ਪਾਰਟ ਦੀ ਵੱਧ ਲਗਾਊਗਾ ਕਿਉਂਕਿ ਉਹਨਾਂ ਨੂੰ ਪਤਾ ਕਿ ਇਹਨਾਂ ਨੂੰ ਇਹ ਪਾਰਟ ਕਿਤੇ ਹੋਰ ਮਿਲਣਾ ਨਹੀਂ। ਸੋ ਡਿਜ਼ਾਈਨ ਅਤੇ ਕੋਸਟ ਦੀਆਂ ਲਿਮਿਟ ਆ ਜਾਂਦੀਆਂ, ਇਹ ਵੀ ਆਪਣੇ ਕੋਲ ਇੱਕ ਡਿਸਐਡਵਾਂਟੇਜ ਆ। ਥਰਡ ਮੇਰੇ ਕੋਲ ਡਿਸਐਡਵਾਂਟੇਜ ਆ ਜਾਂਦੀ ਹੈ ਸੈਮੀ ਕੰਡਕਟਰ ਬੇਸਡ ਸਿਸਟਮ। ਹੁਣ ਸੈਮੀ ਕੰਡਕਟਰ ਬੇਸਡ ਸਿਸਟਮ ਜਿਹੜਾ ਇਹ ਡਿਸਐਡਵਾਂਟੇਜ ਕਿੱਦਾਂ ਹੋ ਸਕਦਾ, ਇਹਦੇ ਵਾਸਤੇ ਇਹਦੇ ਇਹਨੂੰ ਸਮਝਣ ਵਾਸਤੇ ਤੁਹਾਨੂੰ ਸੈਮੀ ਕੰਡਕਟਰ ਮਟੀਰੀਅਲ ਦੀ ਜਿਹੜੀ ਆ ਪ੍ਰੋਪਰਟੀ ਪਤਾ ਹੋਣੀ ਚਾਹੀਦੀ। ਤੁਹਾਨੂੰ ਪਤਾ ਕਿ ਸੈਮੀ ਕੰਡਕਟਰ ਮਟੀਰੀਅਲ ਜਿਹੜਾ ਉਹਦੀ ਪ੍ਰੋਪਰਟੀ 'ਤੇ ਟੈਂਪਰੇਚਰ ਇਫੈਕਟ ਪਾਉਂਦਾ। ਸੋ ਜੇ ਮੈਂ ਪੀ ਐੱਲ ਸੀ ਨੂੰ ਕਿਸੇ ਇੱਦਾਂ ਦੀ ਜਗ੍ਹਾ 'ਤੇ ਯੂਜ਼ ਕਰਦਾ ਹਾਂ ਜਿੱਥੇ ਟੈਂਪਰੇਚਰ ਜਿਹੜਾ ਆ ਜ਼ਿਆਦਾ ਆ ਤਾਂ ਉਹ ਜਿਹੜਾ ਟੈਂਪਰੇਚਰ ਆ ਮੇਰੀ ਪੀ ਐੱਲ ਸੀ ਦੀ ਵਰਕਿੰਗ 'ਤੇ ਇਫੈਕਟ ਕਰੂਗਾ। ਇਹ ਚੀਜ਼ ਜਿਹੜੀ ਆ ਇਹ ਤੁਸੀਂ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਸੋ ਇਹ ਡਿਸਐਡਵਾਂਟੇਜ ਸੀ ਪੀ ਐੱਲ ਸੀ ਦੇ। ਇਸ ਤੋਂ ਬਾਅਦ ਆਪਾਂ ਜਿਹੜੇ ਡਿਸਕਸ ਕਰਨੇ ਆ ਉਹ ਹੈਗਾ ਆ ਡਿਫਰੈਂਟ ਪ੍ਰੋਗਰਾਮਿੰਗ ਲੈਂਗੁਏਜਸ, ਕਿਹੜੀਆਂ ਕਿਹੜੀਆਂ ਲੈਂਗੁਏਜਸ ਆਪਾਂ ਜਿਹੜੀਆਂ ਆ ਪੀ ਐੱਲ ਸੀ ਦੇ ਵਿੱਚ ਆਪਾਂ ਯੂਜ਼ ਕਰ ਲੈਂਦੇ ਹਾਂ। ਵੈਸੇ ਤਾਂ ਪੀ ਐੱਲ ਸੀ ਜਿਹੜਾ ਆ ਉਹ ਮਲਟੀਪਲ ਲੈਂਗੁਏਜਸ ਨੂੰ ਸਪੋਰਟ ਕਰਦੀ ਆ, ਕਾਫੀ ਲੈਂਗੁਏਜਸ ਆਪਾਂ ਯੂਜ਼ ਕਰ ਸਕਦੇ ਹਾਂ ਇਹਦੇ ਵਿੱਚ, ਜਿੱਦਾਂ ਵੀ ਕਿਸੇ ਨੂੰ ਸਹੀ ਲੱਗਦਾ ਉਸ ਹਿਸਾਬ ਨਾਲ ਲੈਂਗੁਏਜ ਜਿਹੜੀ ਆ ਯੂਜ਼ ਕਰ ਸਕਦਾ। ਬਟ ਮੋਸਟਲੀ ਤੁਹਾਨੂੰ ਦੱਸ ਦੇਣਾ ਮੈਂ ਜਿਹੜੀ ਸਭ ਤੋਂ ਵੱਧ ਆਪਾਂ ਯੂਜ਼ ਕਰਦੇ ਹਾਂ ਉਹ ਆਪਾਂ ਆਹ ਵਾਲੀ ਕਰਦੇ ਹਾਂ ਲੈਡਰ ਡਾਇਗਰਾਮ, ਕਿਉਂਕਿ ਇਹ ਸਭ ਤੋਂ ਈਜ਼ੀ ਆ। ਤੁਹਾਨੂੰ ਅੱਗੇ ਜਾ ਕੇ ਮੈਂ ਦੱਸੂਗਾ ਵੀ ਕਿਉਂ ਈਜ਼ੀ ਆ। ਤੁਸੀਂ ਇਹ ਨਾ ਇੱਕ ਚਾਰਟ ਜ਼ਰੂਰ ਬਣਾ ਲੈਣਾ ਜਿਹੜਾ ਬਣਿਆ ਹੋਇਆ ਆ। ਪੀ ਐੱਲ ਸੀ ਪ੍ਰੋਗਰਾਮਿੰਗ ਲੈਂਗੁਏਜ ਜਿਹੜੀਆਂ ਇਹਨਾਂ ਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਹੁੰਦਾ, ਇੱਕ ਤਾਂ ਹੈ ਆਪਣੇ ਕੋਲ ਗ੍ਰਾਫਿਕਲ ਲੈਂਗੁਏਜ, ਇੱਕ ਹੈ ਟੈਕਸਟੂਅਲ ਲੈਂਗੁਏਜ। ਗ੍ਰਾਫਿਕਲ ਨਾਮ ਤੋਂ ਹੀ ਤੁਹਾਨੂੰ ਪਤਾ ਲੱਗਦਾ ਗ੍ਰਾਫਿਕਲ ਦੇ ਵਿੱਚ ਕੀ ਹੋਊਗਾ, ਇੱਕ ਆਪਾਂ ਡਾਇਗਰਾਮ ਜਾਂ ਫਲੋ ਚਾਰਟ ਬਣਾਵਾਂਗੇ। ਟੈਕਸਟੂਅਲ ਦੇ ਵਿੱਚ ਕੀ ਹੈ, ਜਿੱਦਾਂ ਸੀ ਪਲੱਸ ਪਲੱਸ ਦੇ ਵਿੱਚ ਜਾਂ ਆਪਾਂ ਜਾਵਾ ਦੇ ਵਿੱਚ ਲਿਖ ਕੇ ਪ੍ਰੋਗਰਾਮਿੰਗ ਕਰਦੇ ਹਾਂ, ਟੈਕਸਟੂਅਲ ਦੇ ਵਿੱਚ ਉੱਦਾਂ ਪ੍ਰੋਗਰਾਮਿੰਗ ਕਰਾਂਗੇ। ਗ੍ਰਾਫਿਕਲ ਲੈਂਗੁਏਜ ਨੂੰ ਵੀ ਆਪਾਂ ਤਿੰਨ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਹੋਇਆ, ਸਬ ਡਿਵਾਈਡ ਕੀਤਾ, ਅਤੇ ਟੈਕਸਚਰ ਨੂੰ ਆਪਾਂ ਦੋ 'ਚ ਕੀਤਾ ਡਿਵਾਈਡ। ਇਹਨਾਂ ਨੂੰ ਆਪਾਂ ਕੀ ਆ ਹੁਣ ਅੱਗੇ ਡਿਟੇਲ ਦੇ ਵਿੱਚ ਆਪਾਂ ਇਹਨਾਂ ਲੈਂਗੁਏਜਸ ਨੂੰ ਵੀ ਸਭ ਤੋਂ ਪਹਿਲਾਂ ਜਿਹੜਾ ਆਪਾਂ ਡਿਸਕਸ ਕਰਨਾ ਆ ਉਹ ਸਭ ਤੋਂ ਮੇਨ ਲੈਂਗੁਏਜ ਆਪਾਂ ਇਹਨੂੰ ਕਹਿ ਸਕਦੇ ਜਿਹੜੀ ਆਪਾਂ ਮੋਸਟਲੀ ਯੂਜ਼ ਵੀ ਕਰਦੇ ਹਾਂ ਆਪਣੇ ਪੀ ਐੱਲ ਸੀ ਦੇ ਵਿੱਚ, ਉਹ ਹੈ ਲੈਡਰ ਡਾਇਗਰਾਮ ਜਾਂ ਲੈਡਰ ਲੌਜਿਕ ਪ੍ਰੋਗਰਾਮਿੰਗ ਵੀ ਇਹਨੂੰ ਆਪਾਂ ਕਹਿ ਦਿੰਦੇ ਹਾਂ। ਜਿਹੜੀ ਲੈਡਰ ਡਾਇਗਰਾਮ ਨੇ ਬੇਸਿਕਲੀ ਲੋ ਲੈਂਗੁਏਜ ਗ੍ਰਾਫਿਕਲ ਲੈਂਗੁਏਜ ਆ। ਗ੍ਰਾਫਿਕਲ ਲੈਂਗੁਏਜ ਦੇਖੋ ਇਸ ਕਰਕੇ ਆਪਾਂ ਕਹਿੰਦੇ ਹਾਂ ਕਿਉਂਕਿ ਦੇਖੋ ਇਹਦੇ ਵਿੱਚ ਆਪਾਂ ਕੋਈ ਵੀ ਸੀ ਪਲੱਸ ਪਲੱਸ ਜਾਂ ਜਾਵਾ ਦੇ ਵਾਂਗੂ ਕੋਈ ਆਪਣੇ ਇੰਸਟਰਕਸ਼ਨਸ ਨਹੀਂ ਲਿਖੀਆਂ ਹੋਈਆਂ, ਟਾਈਪ ਨਹੀਂ ਕੀਤੀਆਂ ਹੋਈਆਂ। ਗ੍ਰਾਫਿਕਲੀ ਆ ਰੋਟਰੀ ਸਵਿੱਚ ਬਣਾਇਆ ਹੋਇਆ, ਗ੍ਰਾਫਿਕਲੀ ਰਿਲੇਜ਼ ਬਣਾਈਆਂ ਹੋਈਆਂ। ਇਹ ਜਿਹੜੇ ਸਵਿਚਸ ਹੁੰਦੇ ਆ ਇਹ ਆਪਣੇ ਪੀ ਐੱਲ ਸੀ ਦੇ ਵਿੱਚ ਪਹਿਲਾਂ ਹੀ ਆਪਣੇ ਕੋਲ ਅਵੇਲੇਬਲ ਹੁੰਦੇ ਆ। ਤੁਹਾਨੂੰ ਮੈਂ ਦਿਖਾਊਂਗਾ ਵੀ ਇਹਨੂੰ ਕਿੱਦਾਂ, ਛੋਟਾ ਜਿਹਾ ਇੱਕ ਤੁਹਾਨੂੰ ਮੈਂ ਓਵਰਵਿਊ ਦਊਂਗਾ ਜਿਹੜੀ ਇਹਦੀ ਪ੍ਰੋਗਰਾਮਿੰਗ ਹੁੰਦੀ ਉਹਦਾ ਵੀ ਕਰਕੇ ਦਿਖਾਊਂਗਾ ਤੁਹਾਨੂੰ। ਬਟ ਇਹਦੇ ਕੁਛ ਰੂਲਸ ਹੁੰਦੇ ਆ, ਰੂਲਸ ਜਿਹੜੇ ਆ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜਦੋਂ ਆਪਾਂ ਇਹਦਾ ਚੈਪਟਰ ਪੜ੍ਹਨਾ। ਇਹਦੇ ਉੱਪਰ ਪੂਰਾ ਚੈਪਟਰ ਆ ਲੈਟਰ ਡਾਇਗਰਾਮ ਦੇ ਉੱਪਰ, ਪੂਰਾ ਇੱਕ ਚੈਪਟਰ ਆ। ਬਟ ਫਿਰ ਵੀ ਜਿਹੜੇ ਬੇਸਿਕ ਰੂਲ ਆ ਮੈਂ ਤੁਹਾਨੂੰ ਦੱਸ ਦੇਣਾ। ਇੱਕ ਸਭ ਤੋਂ ਮੇਨ ਇਹਦਾ ਜਿਹੜਾ ਰੂਲ ਹੁੰਦਾ ਨਾ ਉਹ ਇਹ ਹੁੰਦਾ ਕਿ ਜਦੋਂ ਵੀ ਇਹਨੇ ਪ੍ਰੋਗਰਾਮ ਨੂੰ ਸੋਲਵ ਕਰਨਾ ਜਾਂ ਪ੍ਰੋਗਰਾਮ ਨੂੰ ਰਨ ਕਰਨਾ ਜਾਂ ਪ੍ਰੋਗਰਾਮ ਨੂੰ ਆਪਾਂ ਕਹਿ ਲਈਏ
ਨੰਬਰ 1 ਚਲਾਊਗਾ, ਉਸ ਤੋਂ ਬਾਅਦ R1 ਨੂੰ ਰੀਡ ਕਰਕੇ ਉਹਦੇ ਅਕੋਰਡਿੰਗਲੀ ਲੈਂਪ 2 ਨੂੰ, ਯਾਨੀ ਕਿ ਟੌਪ ਟੂ ਬੋਟਮ ਅਤੇ ਲੈਫਟ ਟੂ ਰਾਈਟ ਜਿਹੜਾ ਹੁੰਦਾ ਹੈ ਪ੍ਰੋਗਰਾਮ ਨੂੰ ਰੀਡ ਕਰਦਾ। ਸੈਕਿੰਡ ਇਹਦੇ ਵਿੱਚ ਬਹੁਤ ਇੰਪੋਰਟੈਂਟ ਚੀਜ਼ ਆ ਜਾਂਦੀ ਹੈ, ਉਹ ਇਹ ਆ ਕਿ ਜਿਹੜਾ ਪ੍ਰੋਗਰਾਮ ਆਪਾਂ ਲਿਖਦੇ ਹਾਂ, ਪੂਰਾ ਪ੍ਰੋਗਰਾਮ ਜਿਹੜਾ ਆਪਾਂ ਲਿਖਦੇ ਹਾਂ, ਦੋ ਵਰਟੀਕਲ ਰੇਲਸ ਦੇ ਵਿੱਚ ਲਿਖਦੇ ਹਾਂ ਜਿਹੜੀਆਂ ਕਿ ਪਾਵਰ ਨੂੰ ਰੀਪ੍ਰਜੈਂਟ ਕਰਦੀਆਂ। ਆ ਦੇਖੋ, ਆ ਜਿਹੜੀਆਂ ਤੁਸੀਂ ਆ ਆਪਣੀਆਂ ਰੇਲਸ ਨੇ ਨਾ, ਆ ਦੇਖੋ ਇਹ ਰੇਲਸ ਨੇ, ਦੋ ਆ ਵਰਟੀਕਲ ਨੇ, ਇਹ ਰੇਲ ਇਹਨਾਂ ਨੂੰ ਆਪਾਂ ਕਹਿੰਦੇ ਹਾਂ। ਬਾਕੀ ਇਹਦੇ ਵਿੱਚ ਫੋਰਥ ਪੁਆਇੰਟ ਇਹ ਆ ਜਾਂਦਾ ਆ ਕਿ ਇਹਦੇ ਵਿੱਚ ਰੰਗਸ ਵੀ ਹੁੰਦੀਆਂ ਆਪਣੇ ਕੋਲ, ਦੋ ਤਾਂ ਰੇਲਸ ਹੋ ਗਈਆਂ ਨਾ, ਬਾਕੀ ਆਪਣੇ ਕੋਲ ਜਿਨ੍ਹਾਂ ਦੇ ਵਿੱਚ ਆਪਾਂ ਸਵਿੱਚ ਲਾਉਣੇ ਆ ਜਾਂ ਆਊਟਪੁੱਟ ਲਾਉਣੀ ਆ ਜਾਂ ਜਿਨ੍ਹਾਂ ਦੇ ਵਿੱਚ ਕੋਈ ਟਾਈਮਰ ਲਾਉਣਾ ਆ, ਜਿਹੜੀਆਂ ਹੋਰੀਜ਼ੋਂਟਲ ਲਾਈਨਸ ਆ ਇਹ ਆਪਣੀਆਂ, ਇਹਨਾਂ ਨੂੰ ਆਪਾਂ ਰੰਗਸ ਕਹਿੰਦੇ ਹਾਂ। ਯਾਦ ਰੱਖਿਓ, ਰੰਗਸ ਅਤੇ ਰੇਲਸ ਦੋਨੋਂ ਅਲੱਗ ਅਲੱਗ ਚੀਜ਼ ਆ, ਰੇਲਸ ਵਰਟੀਕਲ ਲਾਈਨ ਹੋ ਗਈਆਂ, ਰੰਗਸ ਕੀ ਹੋ ਗਈਆਂ ਹੋਰੀਜ਼ੋਂਟਲ ਲਾਈਨ। ਰੇਲਸ ਦੇ ਵਿੱਚ ਆਪਾਂ ਪ੍ਰੋਗਰਾਮ ਲਿਖਦੇ ਹਾਂ ਅਤੇ ਜਿੰਨੇ ਵੀ ਆਪਾਂ ਕੰਪੋਨੈਂਟ ਲਗਾਉਣੇ ਆ ਉਹ ਰੰਗ ਦੇ ਵਿੱਚ ਲਗਾਉਣੇ ਆ। ਸੋ ਰੰਗ ਜਿਹੜੀ ਹੁੰਦੀ ਆ ਇਹ ਇੱਕ ਲਾਈਨ ਦੀ ਵੀ ਹੋ ਸਕਦੀ ਆ, ਇਹ 10 ਰੰਗਸ ਵੀ ਹੋ ਸਕਦੀਆਂ ਆ, 10 ਲਾਈਨਾਂ ਵੀ ਹੋ ਸਕਦੀਆਂ ਆ, ਇਹ ਡਿਪੈਂਡ ਕਰਦਾ ਵੀ ਤੁਹਾਡੇ ਪ੍ਰੋਗਰਾਮ ਜਿਹੜਾ ਆ ਉਹਦੀ ਲੈਂਥ ਕੀ ਆ। ਜਿੰਨਾ ਵੱਡਾ ਪ੍ਰੋਗਰਾਮ ਹੋਊਗਾ ਉਨੀਆਂ ਨੰਬਰ ਆਫ ਰੰਗਸ ਜਿਹੜੀਆਂ ਉਹ ਜ਼ਿਆਦਾ ਹੋਣਗੀਆਂ। ਬਾਕੀ ਲੈਡਰ ਡਾਇਗਰਾਮ ਤੁਸੀਂ ਨਾਮ ਤੋਂ ਹੀ ਦੇਖ ਸਕਦੇ ਹਾਂ, ਲੈਡਰ, ਲੈਡਰ ਦਾ ਮਤਲਬ ਕੀ ਹੁੰਦਾ, ਪੌੜੀਆਂ। ਸੋ ਇਹ ਕੀ ਆ, ਇੱਕ ਤਰ੍ਹਾਂ ਸਟੈਪਸ ਬਣੇ ਹੋਏ ਆ ਦੇਖੋ, ਇਸ ਕਰਕੇ ਇਹਨੂੰ ਆਪਾਂ ਜਿਹੜਾ ਆ ਲੈਡਰ ਡਾਇਗਰਾਮ ਕਹਿੰਦੇ ਹਾਂ, ਕਿਉਂਕਿ ਇਹ ਇੱਕ ਤਰ੍ਹਾਂ ਸਟੈਪਸ ਨੂੰ ਰੀਪ੍ਰਜੈਂਟ ਕਰਦੇ ਆ, ਸਟੈਪ ਬਾਈ ਸਟੈਪ ਇਹ ਆਪਾਂ ਪ੍ਰੋਗਰਾਮਿੰਗ ਕਰਦੇ ਹਾਂ। ਹੁਣ ਕਿੱਦਾਂ ਇਹਦੇ ਵਿੱਚ ਆਪਾਂ ਪ੍ਰੋਗਰਾਮ ਬਣਾਉਂਦੇ ਹਾਂ ਉਹ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇੱਕ ਸਿੰਪਲ ਇੱਕ ਸਵਿੱਚ ਚਲਾ ਕੇ ਦਿਖਾ ਦਿੰਦਾ ਹਾਂ, ਜਿਹੜਾ ਆਪਾਂ ਪ੍ਰੋਗਰਾਮ ਆਪਾਂ ਯੂਜ਼ ਕਰਦੇ ਹਾਂ ਸੋਫਟਵੇਅਰ ਲੌਜਿਕਸ ਪ੍ਰੋ ਦਾ ਮੈਂ ਤੁਹਾਨੂੰ ਦੱਸੂਗਾ। ਬਾਕੀ ਆਪਣੇ ਹੋਰ ਵੀ ਕਾਫੀ ਸੋਫਟਵੇਅਰ ਆਉਂਦੇ ਆ, ਡਿਪੈਂਡ ਕਰਦਾ ਵੀ ਆਪਾਂ ਕਿਹੜੀ PLC ਨੂੰ ਯੂਜ਼ ਕਰਦੇ ਹਾਂ। ਪੇਡ ਸੋਫਟਵੇਅਰ ਹੁੰਦੇ ਆ ਇਹ, ਟ੍ਰਾਇਲ ਵਰਜ਼ਨ 'ਤੇ ਮਿਲ ਜਾਂਦੇ, ਜੇ ਤੁਸੀਂ ਚਲਾਉਣੇ 15 ਦਿਨ ਦਾ ਟ੍ਰਾਇਲ ਮਿਲਦਾ ਤੁਸੀਂ ਐਕਸਪੈਰੀਮੈਂਟ ਆਪਣਾ ਕਰ ਸਕਦੇ ਹਾਂ ਇਹਦੇ ਉੱਪਰ। ਸੋ ਜਦੋਂ ਵੀ ਮੈਂ ਇੱਥੇ ਪ੍ਰੋਗਰਾਮਿੰਗ ਸਟਾਰਟ ਕਰਨੀ ਆ, ਸਭ ਤੋਂ ਪਹਿਲਾਂ ਓਵਰਵਿਊ ਦੇ ਦੇਣਾ, ਦੇਖੋ ਆਪਣਾ ਇਨਵਾਇਰਮੈਂਟਲ ਵਿਊ ਆ ਇਹਦਾ, ਜਿਹੜਾ ਆਪਣਾ ਲੌਜਿਕਸ ਪ੍ਰੋ ਸੋਫਟਵੇਅਰ ਆ, ਸਿਮੂਲੇਟਰ ਆ ਇਹਦੇ ਵਿੱਚ। ਆਹ ਦੇਖੋ, ਆਹ ਉੱਪਰ ਮੇਰੇ ਕੋਲ ਸਵਿਚਸ ਨੇ, ਆ ਬਿਟ ਇੰਸਟਰਕਸ਼ਨਸ ਹੋ ਗਈਆਂ, ਆਪਣੇ ਟਾਈਮਰ ਕਾਊਂਟਰ ਜਿਵੇਂ ਲਾਉਣੇ ਆ, ਟਾਈਮਰ ਮੀਨਸ ਕਿ ਮੈਂ ਚਾਹੁੰਦਾ ਵੀ ਇੱਕ ਪਰਟੀਕੁਲਰ ਚੀਜ਼ 10 ਸੈਕਿੰਡ ਬਾਅਦ ਚੱਲੇ ਜਾਂ 20 ਸੈਕਿੰਡ ਬਾਅਦ ਚੱਲੇ, ਮੈਂ ਟਾਈਮਰ ਲਾ ਦੂੰਗਾ। ਜੇ ਮੈਂ ਚਾਹੁੰਦਾ ਵੀ 10 ਚੀਜ਼ਾਂ ਚੱਲਣ ਤੋਂ ਬਾਅਦ ਮੇਰਾ ਸਿਸਟਮ ਬੰਦ ਹੋ ਜਾਵੇ ਤਾਂ ਉੱਥੇ ਮੈਂ ਕਾਊਂਟਰ ਵਗੈਰਾ ਯੂਜ਼ ਕਰ ਲੂੰਗਾ। ਕੰਪੈਰੀਜ਼ਨ ਇੰਸਟਰਕਸ਼ਨ ਆ ਜਾਂਦੀਆਂ, ਉਸ ਤੋਂ ਬਾਅਦ 'ਚ ਮੇਰੇ ਕੋਲ ਮੈਥਮੈਟਿਕ ਇੰਸਟਰਕਸ਼ਨਸ ਆਉਂਦੀਆਂ, ਬਹੁਤ ਸਾਰੀਆਂ ਨੰਬਰ ਆਫ ਇੰਸਟਰਕਸ਼ਨਸ ਨੇ, ਬਟ ਬੇਸਿਕ ਆਪਾਂ ਫਿਲਹਾਲ ਕਰਦੇ ਹਾਂ। ਸੋ ਇੱਕ ਮੈਂ ਕੀ ਕਰੂੰਗਾ, ਇਹਦੇ ਵਿੱਚ ਇਨਪੁੱਟ ਲਾਉਣੀ ਆ, ਦੇਖੋ ਮੈਂ ਇੱਕ ਇਨਪੁੱਟ ਲਾਤੀ ਆ, ਹੁਣ ਮੈਂ ਆਊਟਪੁੱਟ ਆ ਦੇਖੋ, ਆਊਟਪੁੱਟ ਐਨਰਜਾਈਜ਼, ਇੱਥੇ ਮੈਂ ਆਊਟਪੁੱਟ ਲਾ ਦੂੰਗਾ। ਹੁਣ ਉੱਪਰ ਕੁਸ਼ਚਨ ਮਾਰਕਸ ਆ ਰਹੇ, ਕੁਸ਼ਚਨ ਮਾਰਕਸ ਕਿਉਂ ਆ ਰਹੇ, ਕਿਉਂਕਿ ਆਪਾਂ ਇਹਨੂੰ ਡਿਫਾਈਨ ਨਹੀਂ ਕੀਤਾ ਕਿ PLC ਦੇ ਵਿੱਚ ਨੰਬਰ 1 ਇਨਪੁੱਟ ਆ ਇਹ ਜਾਂ PLC ਦੀ ਨੰਬਰ 2 ਇਨਪੁੱਟ ਆ। ਉਹਨੂੰ ਆਪਾਂ ਕਰਨ ਵਾਸਤੇ ਕੀ ਕਰਨਾ, ਸਿਮੂਲੇਟਰ ਓਪਨ ਕਰਨਾ ਹੈ। ਆਹ ਦੇਖੋ, ਆ ਸਿਮੂਲੇਟਰ ਆ ਗਿਆ, ਇੱਥੋਂ ਮੈਂ ਕੀ ਕਰਨਾ, ਸਿਰਫ ਡਰੈਗ ਐਂਡ ਡਰੋਪ ਕਰਨਾ, ਆਹ ਡਰੋਪ ਕਰਤਾ। ਹੁਣ ਆਊਟਪੁੱਟ ਜਿਹੜੀ ਮਰਜ਼ੀ ਇਹਨਾਂ ਦੇ ਵਿੱਚੋਂ, ਜਿਹੜੀ ਮਰਜ਼ੀ, ਹੁਣ ਮੈਂ ਚਲੋ ਮੈਂ 11 ਨੰਬਰ ਦੇ ਦਿੰਦਾ ਇਹਨੂੰ। ਹੁਣ ਕੀ ਹੋਊਗਾ, ਜਦੋਂ ਮੈਂ ਆਪਣਾ ਆਹ ਵਾਲਾ ਨੰਬਰ 1 ਸਵਿੱਚ ਪ੍ਰੈਸ ਕਰੂੰਗਾ ਤਾਂ ਕਿਹੜੀ ਮੇਰੀ ਚੱਲੂਗੀ ਆਊਟਪੁੱਟ, 11 ਨੰਬਰ ਆਊਟਪੁੱਟ ਚੱਲੂਗੀ। ਤੁਹਾਨੂੰ ਚਲਾ ਕੇ ਦਿਖਾਉਂਦਾ ਮੈਂ, ਔਨਲਾਈਨ ਡਾਊਨਲੋਡ, ਫਿਰ ਆਪਾਂ ਰਨ ਕਰਨਾ ਪ੍ਰੋਗਰਾਮ ਨੂੰ। ਹੁਣ ਦੇਖੋ, ਦੇਖੋ ਫਸਟ ਇਨਪੁੱਟ ਨੂੰ ਪ੍ਰੈਸ ਕੀਤਾ ਤਾਂ 11 ਨੰਬਰ ਆਊਟਪੁੱਟ ਮੇਰੀ ਚੱਲੀ। ਆਊਟਪੁੱਟ ਕੋਈ ਵੀ ਤੁਸੀਂ ਲਾ ਸਕਦੇ ਹੋ। ਸੋ ਇੱਕ ਸਿੰਪਲ ਜਿਹਾ ਤੁਹਾਨੂੰ ਦੱਸਿਆ ਮੈਂ ਇੱਕ ਇਨਪੁੱਟ ਅਤੇ ਆਊਟਪੁੱਟ ਆਪਾਂ ਕਿੱਦਾਂ ਯੂਜ਼ ਕਰਨੇ ਆ, ਕਿੱਦਾਂ ਉਹਨੂੰ ਆਪਾਂ ਇੱਕ ਸਿੰਪਲ ਪ੍ਰੋਗਰਾਮ ਆ ਵੀ ਇੱਕ ਸਵਿੱਚ ਤੋਂ ਮੈਂ ਇੱਕ ਮੰਨ ਲਓ ਲੈਂਪ ਹੀ ਚਲਾਇਆ ਆ, ਅਤੇ ਉਹ ਇੱਕ ਸਵਿੱਚ ਤੋਂ ਲੈਂਪ ਕਿੱਦਾਂ ਚਲਾਉਣਾ, ਮੈਂ ਉਹ ਚੀਜ਼ ਤੁਹਾਨੂੰ ਦੱਸੀ ਆ ਮੈਂ, ਠੀਕ ਹੈ। ਸੋ ਬਹੁਤ ਹੀ ਸਿੰਪਲ ਇਹਦੀ ਪ੍ਰੋਗਰਾਮਿੰਗ ਹੁੰਦੀ ਆ, ਇੱਥੋਂ ਹੀ ਤੁਸੀਂ ਸਮਝ ਸਕਦੇ ਆ। ਡਿਟੇਲ ਦੇ ਵਿੱਚ ਆਪਾਂ ਤੁਹਾਨੂੰ ਹੋਰ ਮੈਂ ਤੁਹਾਨੂੰ ਪ੍ਰੋਗਰਾਮ ਬਣਾ ਕੇ ਦਿਖਾਊਂਗਾ, ਉਹ ਆਪਾਂ ਜਦੋਂ ਲੈਡਰ ਡਾਇਗਰਾਮ ਪ੍ਰੋਗਰਾਮਿੰਗ ਕਰਾਂਗੇ ਉਦੋਂ ਮੈਂ ਤੁਹਾਨੂੰ ਦਿਖਾਊਂਗਾ ਕਿ ਆਪਾਂ ਕਿੱਦਾਂ ਉਹ ਚੀਜ਼ ਨੂੰ ਕਰਦੇ ਹਾਂ। ਬਾਕੀ ਜੇ ਲੈਡਰ ਡਾਇਗਰਾਮ ਤੋਂ ਬਾਅਦ ਜਿਹੜੀ ਆਪਣੀ ਪ੍ਰੋਗਰਾਮਿੰਗ ਲੈਂਗੁਏਜ ਆ ਜਾਂਦੀ ਆ, ਉਹ ਹੈ ਸਿਕੁਐਂਸ਼ੀਅਲ ਫੰਕਸ਼ਨ ਚਾਰਟ। ਜਿਹੜੀਆਂ ਇਹਦੀਆਂ ਸ਼ੋਰਟ ਫਾਰਮਸ ਨੇ ਨਾ, ਉਹ ਵੀ ਤੁਸੀਂ ਜ਼ਰੂਰ ਯਾਦ ਰੱਖਣੀਆਂ, ਜਿੱਦਾਂ SFC ਜਿਹੜਾ ਹੈ ਨਾ, SFC ਕੀ ਆ, ਸਿਕੁਐਂਸ਼ੀਅਲ ਫੰਕਸ਼ਨ ਚਾਰਟ। ਸੋ ਇਹ ਤੁਹਾਨੂੰ ਫਿਲਿੰਗ ਦਾ ਬੈਂਕਸ ਦੇ ਵਿੱਚ ਵੀ ਪੁੱਛ ਸਕਦੇ ਆ ਐਗਜ਼ਾਮ ਦੇ ਵਿੱਚ ਕਿ SFC ਦੀ ਫੁੱਲ ਫਾਰਮ ਕੀ ਹੁੰਦੀ ਹੈ। ਸੋ ਯਾਦ ਰੱਖਣੀ ਆ ਤੁਸੀਂ ਇਹ, ਜਿਹੜੀ SFC ਹੁੰਦੀ ਹੈ ਇਹ ਵੀ ਤੁਹਾਨੂੰ ਪਤਾ ਵੀ ਇੱਕ ਗ੍ਰਾਫਿਕਲ ਜਿਹੜੀ ਮੇਰੀ ਲੈਂਗੁਏਜ ਹੁੰਦੀ ਆ, ਉਹਦਾ ਹੀ ਅੱਗੇ ਇੱਕ ਪਾਰਟ ਹੁੰਦਾ ਆ। ਤੁਸੀਂ ਦੇਖ ਵੀ ਸਕਦੇ ਹੋ ਵੀ ਇੱਕ ਤਰ੍ਹਾਂ ਗ੍ਰਾਫਿਕਲ ਲੈਂਗੁਏਜ ਹੀ ਆ, ਇਹਦੇ ਵਿੱਚ ਆਪਾਂ ਕੋਈ ਵੀ ਜਿਹੜਾ ਇੰਸਟਰਕਸ਼ਨਸ ਜਿਹੜੀਆਂ ਯੂਜ਼ ਨਹੀਂ ਕੀਤੀਆਂ ਹੋਈਆਂ, ਜਿੱਦਾਂ ਆਪਾਂ ਯੂਜ਼ ਕਰਦੇ ਹਾਂ C++ ਦੇ ਵਿੱਚ ਕੋਈ ਵੀ ਇਹਦੇ ਵਿੱਚ। ਇਹਦੇ ਵਿੱਚ ਵੀ ਦੇਖੋ ਫਲੋ ਚਾਰਟ ਆ ਇੱਕ ਤਰ੍ਹਾਂ ਦਾ ਬਣਾਇਆ ਹੈ, ਸਟਾਰਟ ਦਾ ਲਾਇਆ, ਓਪਰੇਸ਼ਨ ਏ, ਜੇ ਇਨਪੁੱਟ ਮੇਰੀ ਆਊਟਪੁੱਟ ਮੇਰੀ ਹਾਈ ਹੈਗੀ ਕਿ ਨਹੀਂ ਹੈਗੀ, ਜੇ ਮੇਰੀ ਆਊਟਪੁੱਟ ਹਾਈ ਆ ਤਾਂ ਕੀ ਹੋਊਗਾ, ਇੱਕ ਓਪਰੇਸ਼ਨ C ਚੱਲੂਗਾ, ਜੇ ਮੇਰੀ ਆਊਟਪੁੱਟ ਹਾਈ ਨਹੀਂ ਹੈਗੀ ਤਾਂ ਓਪਰੇਸ਼ਨ ਮੇਰਾ
ਬੀ ਹੋਊਗਾ। ਸੋ ਇਹ ਜਿਹੜਾ ਆ ਕਾਇੰਡ ਆਫ ਇੱਕ ਫਲੋ ਚਾਰਟ ਆ ਜਿਹਦੇ ਵਿੱਚ ਆਪਾਂ ਅਲੱਗ ਅਲੱਗ ਜਿਹੜੇ ਆਈਕਨਸ ਨੇ ਉਹ ਹਰ ਚੀਜ਼, ਜਿੱਦਾਂ ਆਹ ਵਾਲਾ ਆਈਕਨ ਨੇ ਕੀ ਕਿਹਨੂੰ ਰੀਪ੍ਰਜੈਂਟ ਕਰਦਾ, ਸਟਾਰਟ ਨੂੰ ਜਾਂ ਐਂਡ ਨੂੰ, ਯਾਨੀ ਕਿ ਜਿੱਥੇ ਸਟਾਰਟ ਹੋਣਾ ਉੱਥੇ ਵੀ ਇਹ ਆਈਕਨ ਹੋਊਗਾ, ਜਿੱਥੇ ਐਂਡ ਹੋਣਾ ਉੱਥੇ ਵੀ ਇਹ ਆਈਕਨ ਹੋਊਗਾ। ਜਿਹੜਾ ਮੇਰਾ ਹੁੰਦਾ ਆਹ ਵਾਲਾ ਆਈਕਨ ਹੈਗਾ ਇਹ ਕੀ ਕਰੂਗਾ, ਪ੍ਰੋਸੈਸ ਨੂੰ ਸ਼ੋ ਕਰੂਗਾ, ਸਕੁਏਅਰ ਜਿਹੜਾ ਹੈ ਕਿਹਨੂੰ ਸ਼ੋ ਕਰੂਗਾ, ਕੋਈ ਵੀ ਪ੍ਰੋਸੈਸ ਜਾਂ ਐਕਸ਼ਨ ਹੋ ਰਿਹਾ। ਜਦੋਂ ਕਿਸੇ ਫਲੋ ਨੂੰ ਸ਼ੋ ਕਰਨਾ ਉਦੋਂ ਮੈਂ ਉੱਥੇ ਕੀ ਕਰੂੰਗਾ, ਐਰੋ ਯੂਜ਼ ਕਰੂੰਗਾ। ਸੋ ਇਹ ਵੀ ਇੱਕ ਗ੍ਰਾਫਿਕਲ ਲੈਂਗੁਏਜ ਹੀ ਹੈ, ਸਿਕੁਐਂਸ਼ੀਅਲ ਫੰਕਸ਼ਨ ਚਾਰਟ ਦਾ ਨਾਮ ਹੁੰਦਾ। ਨੈਕਸਟ ਜਿਹੜੀ ਆਪਣੀ ਲੈਂਗੁਏਜ ਆ ਉਹ ਹੈਗੀ ਫੰਕਸ਼ਨਲ ਬਲੋਕ ਡਾਇਗਰਾਮ। ਹੁਣ ਜਿਹੜੀ ਫੰਕਸ਼ਨਲ ਬਲੋਕ ਡਾਇਗਰਾਮ ਆ ਨਾ, ਇਹ ਵੀ ਇੱਕ ਗ੍ਰਾਫਿਕਲ ਲੈਂਗੁਏਜ ਆ, ਬਟ ਦੇਖੇ ਤਾਂ ਦੇਖੋ ਪਤਾ ਲੱਗਦਾ, ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਲੱਗ ਗਿਆ ਹੋਣਾ ਕਿ ਇਹ ਥੋੜ੍ਹੀ ਜਿਹੀ ਕੰਪਲੀਕੇਟਡ ਆ ਐਜ਼ ਕੰਪੇਅਰ ਟੂ ਲੈਡਰ। ਲੈਡਰ ਨਾਲ ਤਾਂ ਬਹੁਤ ਜ਼ਿਆਦਾ ਕੰਪਲੀਕੇਟਡ ਆ, ਫੰਕਸ਼ਨਲ ਬਲੋਕ ਡਾਇਗਰਾਮ ਨਾਲੋਂ ਵੀ ਥੋੜ੍ਹੀ ਕੰਪਲੀਕੇਟਡ ਆ। ਸੋ ਇਹ ਕੀ ਹੈ, ਹਾਈ ਲੈਵਲ ਗ੍ਰਾਫਿਕਲ ਲੈਂਗੁਏਜ ਹੈ ਬੇਸਿਕਲੀ, ਜਿਹਦੇ ਵਿੱਚ ਕੀ ਹੁੰਦਾ ਆ, ਬਲੋਕਸ ਬਣੇ ਹੁੰਦੇ ਆ, ਉਹਨਾਂ ਨੂੰ ਅਲੱਗ ਅਲੱਗ ਆਪਾਂ ਕੀ ਦਿੰਦੇ ਹਾਂ ਇਨਪੁੱਟ ਦਿੰਦੇ ਹਾਂ, ਅਤੇ ਉਹ ਕਨੈਕਸ਼ਨ ਲਾਈਨ ਦੇ ਨਾਲ ਉਹਨਾਂ ਨੂੰ ਆਪਾਂ ਕੀ ਕਰਦੇ ਹਾਂ, ਜੋੜਦੇ ਹਾਂ। ਦੇਖੋ ਇਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਬਲੋਕ ਬਣੇ ਹੋਏ ਆ, ਅਤੇ ਕਨੈਕਸ਼ਨ ਲਾਈਨਸ ਦੇ ਨਾਲ ਉਹਨਾਂ ਨੂੰ ਆਪਾਂ ਅੱਗੇ ਜੋੜਿਆ ਹੋਇਆ ਆ। ਇਹਨਾਂ ਨੂੰ ਆਪਾਂ ਬਹੁਤਾ ਡਿਟੇਲ 'ਚ ਡਿਸਕਸ ਨਹੀਂ ਕਰਨਾ, ਡਿਟੇਲ ਦੇ ਵਿੱਚ ਡਿਸਕਸ ਕਰਨ ਵਾਲੀ ਆਪਣੀ ਇੱਕ ਸੀਗੀ ਲੈਡਰ ਡਾਇਗਰਾਮ ਲੌਜਿਕ, ਬਟ ਤੁਹਾਨੂੰ ਪਤਾ ਹੋਣਾ ਚਾਹੀਦਾ ਫੰਕਸ਼ਨ ਬਲੋਕ ਡਾਇਗਰਾਮ, ਸਿਕੁਐਂਸ਼ੀਅਲ ਫੰਕਸ਼ਨ ਚਾਰਟ, ਇਹਨਾਂ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਇਹ ਸਾਰੀਆਂ ਆਪਾਂ ਯੂਜ਼ ਕਰਦੇ ਹਾਂ ਆਪਣੇ PLC ਦੇ ਵਿੱਚ। ਨੈਕਸਟ ਜਿਹੜੀ ਆਪਾਂ ਜੇ ਲਿਖਣਾ ਚਾਹੋ ਤੁਸੀਂ ਇਹਦੇ ਬਾਰੇ ਥੋੜ੍ਹੀ ਜਿਹੀ ਡਿਟੇਲ 'ਚ ਲਿਖ ਸਕਦੇ ਹਾਂ ਕਿ ਕੀ ਕੀ ਚੀਜ਼ਾਂ ਹੁੰਦੀਆਂ ਇਹਦੇ ਵਿੱਚ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਹੁਣ ਇੰਸਟਰਕਸ਼ਨ ਲਿਸਟ। ਹੁਣ ਇਹ ਕਿਹਦਾ ਪਾਰਟ ਆ ਗਿਆ, ਇਹ ਮੇਰੇ ਕੋਲ ਪਾਰਟ ਆ ਗਿਆ ਆ ਟੈਕਸਚੁਅਲ ਲੈਂਗੁਏਜ ਦਾ। ਜਿਹੜੇ ਪਹਿਲਾਂ ਆਪਾਂ ਤਿੰਨ ਕੀਤੇ ਉਹ ਗ੍ਰਾਫਿਕਲ ਸੀ, ਟੈਕਸਚੁਅਲ ਲੈਂਗੁਏਜ ਮੇਰੇ ਕੋਲ ਆ ਗਈ। ਇਹ ਵੀ ਇੱਕ ਤਰ੍ਹਾਂ ਲੋ ਲੈਵਲ ਲੈਂਗੁਏਜ ਹੀ ਹੁੰਦੀ ਹੈ ਜਿਹਦੇ ਵਿੱਚ ਆਪਾਂ ਸੀਰੀਜ਼ ਆਫ ਇੰਸਟਰਕਸ਼ਨਸ ਨੂੰ ਯੂਜ਼ ਕਰਦੇ ਹਾਂ। ਜਿੱਦਾਂ ਬਾਕੀ ਲੈਂਗੁਏਜ 'ਚ ਆਪਾਂ ਕੀ ਕਰਦੇ ਸੀ, ਜਾਂ ਤਾਂ ਬਲੋਕ ਯੂਜ਼ ਕਰਦੇ ਸੀ, ਜਿੱਦਾਂ ਤੁਹਾਨੂੰ ਮੈਂ ਸ਼ੋ ਕਰਦਾ। ਜਿੱਦਾਂ ਹੁਣ ਦੇਖੋ ਇਹਦੇ ਵਿੱਚ ਆਪਾਂ ਕੀ ਸੀਗਾ, ਆਪਾਂ ਸਟਾਰਟ ਕਰਨ ਵਾਸਤੇ ਕੀ ਸੀ, ਇੱਕ ਅਲੱਗ ਆਈਕਨ ਯੂਜ਼ ਕਰਦੇ ਸੀ। ਜਦੋਂ ਪ੍ਰੋਸੈਸ ਕਰਨਾ ਉਹਦੇ ਵਾਸਤੇ ਅਲੱਗ ਆਈਕਨ ਯੂਜ਼ ਕਰਦੇ ਸੀ। ਸਿਮਿਲਰਲੀ ਜਿਹੜੀ ਲੈਡਰ ਲੌਜਿਕ ਸੀ ਉਹਦੇ ਵਿੱਚ ਵੀ ਦੇਖੋ ਆਪਾਂ ਕੀ ਕਰਦੇ ਸੀ, ਆਈਕਨ ਇੱਕ ਤਰ੍ਹਾਂ ਯੂਜ਼ ਕਰਦੇ ਸੀਗੇ, ਗ੍ਰਾਫਿਕਲ ਲੈਂਗੁਏਜ ਸੀਗੀ ਉਹ। ਬਟ ਇਹਦੇ ਵਿੱਚ ਕੀ ਆ, ਇਹਦੇ ਵਿੱਚ ਉਹ ਆਈਕਨਸ ਨੂੰ ਆਪਾਂ ਰੀਪਲੇਸ ਕਰਤਾ ਇੰਸਟਰਕਸ਼ਨਸ ਦੇ ਨਾਲ। ਹੁਣ ਦੇਖੋ ਇਹਦੇ ਵਿੱਚ ਇੱਕ ਕੰਪੈਰੀਜ਼ਨ ਵੀ ਸ਼ੋ ਕੀਤਾ ਹੋਇਆ, ਜੇ ਮੈਂ ਇੱਕ ਪ੍ਰੋਗਰਾਮ ਮੇਰਾ ਲੈਡਰ ਡਾਇਗਰਾਮ ਦੇ ਵਿੱਚ ਬਣਿਆ, ਉਹ ਪ੍ਰੋਗਰਾਮ ਇੱਦਾਂ ਬਣੂਗਾ, ਏ ਮੇਰੀ ਇਨਪੁੱਟ ਹੋਊਗੀ, ਐਕਸ ਮੇਰੀ ਆਊਟਪੁੱਟ ਹੋਊਗੀ। ਬਟ ਇਹੀ ਜੇ ਪ੍ਰੋਗਰਾਮ ਮੈਂ ਆਪਣਾ ਇੰਸਟਰਕਸ਼ਨ ਲਿਸਟ ਦੇ ਵਿੱਚ ਬਣਾਉਣਾ, ਤਾਂ ਮੈਂ ਉਹਨੂੰ ਟਾਈਪ ਕਰੂੰਗਾ, ਠੀਕ ਆ, LDA। LD ਦਾ ਕੀ ਮਤਲਬ ਆ, ਲੋਡ ਐਨੋ ਕੰਟੈਕਟ, ਐਨੋ ਮਤਲਬ ਕਿ ਨੋਰਮਲੀ ਓਪਨ, ਦੈਨ ਸੈਕਿੰਡ ਆ ਗਿਆ LDNA। LDN ਦਾ ਹੁਣ ਕੀ ਮਤਲਬ ਆ, ਲੋਡ NC ਕੰਟੈਕਟ, NC ਮਤਲਬ ਕਿ ਨੋਰਮਲੀ ਕਲੋਜ਼, ਅਤੇ ਕਿਹੜਾ ਕਲੋਜ਼ ਆ ਕੰਟੈਕਟ, A। STX, ST ਕੀ ਆ ਆਪਣੇ ਕੋਲ, ST ਮੇਰੇ ਕੋਲ ਹੈਗੀ ਆ ਆਊਟਪੁੱਟ, ਅਤੇ ਇੰਸਟਰਕਸ਼ਨਸ ਦੇ ਵਿੱਚ ਲਿਖਿਆ ਨਹੀਂ ਹੋਇਆ, ਬਟ ST ਜਿਹੜੀ ਆ ਮੇਰੀ ਇਹ ਆਊਟਪੁੱਟ ਨੂੰ ਰੀਪ੍ਰਜੈਂਟ ਕਰ ਰਹੀ ਹੈ ਇਸ ਟਾਈਮ, ਠੀਕ ਹੈ। ਸੋ ਇਹ ਮੇਰੀ ਹੋ ਗਈ ਹੈ ਕੰਪੈਰੀਜ਼ਨ ਆ ਦੋਨਾਂ ਦਾ। ਇੱਥੇ ਤੁਸੀਂ ਦੇਖ ਸਕਦੇ ਆ, ਤੁਹਾਨੂੰ ਆਈਡੀਆ ਹੋਜੂਗਾ ਕਿ ਲੈਡਰ ਲੌਜਿਕ ਐਜ਼ ਕੰਪੇਅਰ ਟੂ ਬਾਕੀ ਲੈਂਗੁਏਜਸ ਕਿੰਨੀ ਈਜ਼ੀ ਆ, ਕਿੰਨੀ ਫਲੈਕਸੀਬਲ ਆ, ਕਿੰਨੀ ਈਜ਼ੀ ਟੂ ਯੂਜ਼ ਆ, ਕਿੰਨੀ ਯੂਜ਼ਰ ਫਰੈਂਡਲੀ ਆ। ਡੈਫੀਨੇਸ਼ਨ ਵੀ ਤੁਸੀਂ ਇਹਦੇ ਦੇਖ ਸਕਦੇ ਹੋ, ਲੋਅ ਲੈਵਲ ਲੈਂਗੁਏਜ ਦੈਟ ਰਿਜੈਂਬਲਸ ਦਾ ਅਸੈਂਬਲੀ ਲੈਂਗੁਏਜ, ਆ ਪ੍ਰੋਗਰਾਮ ਕੰਸਿਸਟਸ ਆਫ ਸੀਰੀਜ਼ ਆਫ ਇੰਸਟਰਕਸ਼ਨਸ, ਠੀਕ ਹੈ। ਦੇਖੋ ਆ ਲਿਸਟ ਬਣੀ ਹੋਈ ਆ ਸੀਰੀਜ਼ ਆਫ ਇੰਸਟਰਕਸ਼ਨਸ ਦੀ। ਸੋ ਥੋੜ੍ਹਾ ਜਿਹਾ ਜਿਹੜਾ ਇਹਦਾ ਫਾਇਦਾ ਕੀ ਹੈ ਇਹਨੂੰ ਯੂਜ਼ ਕਰਨ ਦਾ, ਉਹ ਆਪਾਂ ਨੂੰ ਇਹ ਆ ਕਿ ਇਹ ਮੈਮਰੀ ਬਹੁਤ ਘੱਟ ਘੇਰਦਾ। ਆਪਾਂ ਸਿਰਫ ਇੱਕ ਟਾਈਪ ਹੀ ਕਰਨਾ ਹੁੰਦਾ, ਡਾਟਾ ਟਾਈਪ ਕਰਨਾ, ਇਹਦੇ ਵਿੱਚ ਸਿਰਫ ਇੰਸਟਰਕਸ਼ਨਸ ਜਿਹੜੀਆਂ ਉਹ ਲਿਖਣੀਆਂ ਹੀ ਆ। ਸੋ ਇਸ ਕਰਕੇ ਇਹ ਕੀ ਆ, ਮੈਮਰੀ ਸਪੇਸ ਬਹੁਤ ਘੱਟ ਲੈਂਦਾ। ਬਾਕੀ ਜੇ ਆਪਾਂ ਬਾਕੀਆਂ ਦੀ ਗੱਲ ਕਰੀਏ, ਸਭ ਤੋਂ ਘੱਟ ਮੈਮਰੀ ਜਿਹੜੀ ਆ ਸਪੇਸ ਇਹੀ ਘੇਰਦਾ। ਅਤੇ ਸਪੇਸ ਘੱਟ ਘੇਰਨ ਦੇ ਨਾਲ ਕੀ ਹੁੰਦਾ ਆ, ਇਹਦਾ ਜਿਹੜਾ ਐਗਜੀਕਿਊਸ਼ਨ ਹੁੰਦੀ ਨਾ, ਉਹ ਐਗਜੀਕਿਊਸ਼ਨ ਬਹੁਤ ਵਧੀਆ ਹੁੰਦੀ ਹੈ, ਅਤੇ ਐਗਜੀਕਿਊਟ ਹੋਣ ਨੂੰ ਟਾਈਮ ਬਹੁਤ ਘੱਟ ਲੱਗਦਾ। ਹੁਣ ਲਾਈਕ ਤੁਸੀਂ ਮੰਨ ਲਓ 1 GB ਦੀ ਫਾਈਲ ਆਪਣੇ PC 'ਚ ਕਾਪੀ ਕਰ ਰਹੇ ਹਾਂ, ਉਹਨੂੰ ਟਾਈਮ ਜ਼ਿਆਦਾ ਲੱਗੂਗਾ। ਬਟ ਜੇ ਤੁਸੀਂ 10 MB ਦੀ ਫਾਈਲ ਕਾਪੀ ਕਰ ਰਹੇ ਹੋ, ਤਾਂ ਵਿਦਇਨ ਸੈਕਿੰਡਸ ਕਾਪੀ ਹੋ ਜਾਣੀ ਹੈ। ਸੇਮ ਹੀ ਚੀਜ਼ ਇੱਥੇ ਵੀ ਐਪਲੀਕੇਬਲ ਹੁੰਦੀ ਆ ਕਿ ਲੈਡਰ ਡਾਇਗਰਾਮ ਜਿਹੜੇ ਹੁੰਦੇ ਆ ਉਹਨਾਂ ਦੇ, ਉਹ ਥੋੜ੍ਹੇ ਜਿਹੇ ਉਹਨਾਂ ਦੀ ਮੈਮਰੀ ਜ਼ਿਆਦਾ ਘੇਰਦੇ ਆ, ਇੰਸਟਰਕਸ਼ਨ ਲਿਸਟ ਜਿਹੜੇ ਹੁੰਦੇ ਆ ਇਹ ਮੈਮਰੀ ਬਹੁਤ ਘੱਟ ਘੇਰਦੇ ਆ, ਜਿਹਦੇ ਕਰਕੇ ਇਹਨਾਂ ਦੀ ਜਿਹੜੀ ਐਗਜੀਕਿਊਸ਼ਨ ਹੁੰਦੀ ਆ ਉਹ ਬਹੁਤ ਫਾਸਟ ਹੋ ਜਾਂਦੀ ਆ। ਬਟ ਇਹਦੇ ਡਿਸਐਡਵਾਂਟੇਜ ਆਪਣੇ ਕੋਲ ਕੀ ਆ ਜਾਂਦੇ ਆ ਕਿ ਇਹਨਾਂ ਨੂੰ ਰੀਡ ਕਰਨਾ ਜਿਹੜਾ ਆ ਪੋਸੀਬਲ ਨਹੀਂ ਆ ਤੁਹਾਡੇ ਕੋਲ, ਜੇ ਆਹ ਇੰਸਟਰਕਸ਼ਨ ਲਿਸਟ ਹੋਊਗੀ ਤੁਸੀਂ ਫਿਰ ਹੀ ਪ੍ਰੋਗਰਾਮ ਨੂੰ ਰੀਡ ਕਰ ਸਕਦੇ ਆ। ਬਾਕੀ ਗਲਤੀ ਹੋਣ ਦੇ ਚਾਂਸਿਸ ਵੀ ਹੈਗੇ ਆ, ਜੇ ਤੁਸੀਂ LD ਦੀ ਜਗ੍ਹਾ ਤੁਹਾਡੇ ਕੋਲ ਇੱਕ ਮਿਸਟਾਈਪ ਹੋ ਜਾਂਦਾ ਕੋਈ ਵਰਡ, ਤਾਂ ਤੁਹਾਡਾ ਕੀ ਆ ਸਾਰਾ ਪ੍ਰੋਗਰਾਮ ਜਿਹੜਾ ਆ ਉਹ ਖਰਾਬ ਗਲਤ ਹੋ ਜੂਗਾ, ਅਤੇ ਤੁਹਾਨੂੰ ਦੁਬਾਰਾ ਉਸ ਪ੍ਰੋਗਰਾਮ 'ਤੇ ਵਰਕ ਕਰਨਾ ਪੈਣਾ। ਇਹ ਮੇਨ ਪ੍ਰੋਬਲਮਸ ਆ।
नैक्सट अपने को आती है स्ट्रक्चर्ड टैक्सट, ये भी अपने को हाई लैवल टैक्सचुअल लैंगुएज हैगी जी कि सिमिलर ही होंगी है पासकल तो बेसिक जी लैंगुएज होंगी है ना वो सिमिलर ही होंगी है। सो ये भी आप इनपुट तो आउटपुट देने वास्ते की आ अलग अलग ओपरेंट्स यूज करते हैं, मीनस कि आ देखो ये की आ इफ है स्टार्ट, ये थोड़ा थोड़ा तुम्हें आइडिया होगा जिदा तुम CPS सबजैक्ट पढ़िया होना कंप्यूटर प्रोग्रामिंग एंड एप्लीकेशन इदा दीज़ा तुम पढ़ने C++ तो सी लैंगुएज जी कुछ कुछ वो रिलेट करती होंगी है ये अलग अलग आप स्टेटमेंट्स यूज करते हैं जिदा फॉर वाइल इफ एंड केस यी जी यदि भी एडवांटेज यही है कि आप हम टाइप करते हैं तो मैमरी कट के रही है इस करके होंगे जल्दी एग्जीक्यूट हो जाती है। बट डिसएडवांटेज की है ये डीबग कर बहुत डिफिकल्ट आ, डीबग मतलब कि ये एरर ईजीली नहीं लगता, तुम लाइन टू लाइन जाना पैना ये एरर लभण वास्ते, ये जोड़ा डिसएडवांटेज आ। बट जी मोस्टली आप पंजा के यूज़ करते हैं लैडर लॉजिक ही ज़्यादा यूज़ करते हैं, बट बाकी भी आप यूज़ कर सकते हैं, थोड़ी नॉलेज वास्ते सी। नैक्सट मेरे को आ जाता एप्लीकेशन ऑफ PLC, भी एप्लीकेशन PLC आप कितने कितने यूज़ करते हैं, PLC आप काफ़ी जगह पर यूज़ कर सकते हैं, नंबर ऑफ एप्लीकेशन है यदि जिदा कन्वेयर सिस्टम हो गया, कन्वेयर सिस्टम मतलब कि जिदा बॉटल पैकेजिंग या होर पैकेजिंग कोई भी इंडस्ट्री है वो एक कन्वेयर चलती है वो ऑटोमैटिकली 10 सैकेंड बाद रुक जाए मैं चाहना तो उत्थे की है मैं PLC यूज़ कर सकता कन्वेयर सिस्टम से। प्रोडक्शन मशीनस मैं यूज़ कर सदा IC इंजनस की मोनीटरिंग वास्ते यूज़ कर सकता, मैं इनू पेंटिंग ते स्परेइंग वास्ते यूज़ कर सकता, लोडिंग एंड अनलोडिंग ऑफ अलॉयज उन्होंने वास्ते यूज़ कर सकता, कैमिकल बैचिंग वास्ते, कैमिकल बैचिंग मीनस कि उदा कई हार्मफुल कैमिकल्स होंगे आ जोड़े ह्यूमन वास्ते हार्मफुल होंगे आ उन्होंने की है जे 1% भी मान लो तुहाडा कैमिकल जिहड़ा घट या वध पै जांदा आ तां उत्थे कोई भी मिसहैपनिंग हो सकती है। बट मशीन जिहड़ी आ मशीन जिहड़ी हुंदी आ हमेशा एक्यूरेट हुंदी आ, आपां उहदे विच की आ मशीन च प्रोग्रामिंग पावांगे काउंटर दे विच कि इन्नी जिहड़ी मेरी क्वांटिटी आ उही मिक्स होवे तां मशीन जिहड़ी उन्नी क्वांटिटी ही मिक्स करूगी। सो ये ह्यूमन बीइंग वास्ते भी जिहड़ी इह चीज़ सेफ हो जांदी आ। बाकी ऑयल फील्ड च यूज़ कर सकदे आ इहनां नूं, पावर प्लांट सिस्टम दे विच भी यूज़ कर सकते हैं, सबस्टेशन च भी यूज़ कर सकते, सबस्टेशन का तुहानूं दस्सिया भी आ प्रैक्टिकल चीज़ भी आ, तुसीं किसे सबस्टेशन ते जाओगे जलंधर अमृतसर जां अपने लुधियाने तो तुसीं उत्थे देख भी सकते हैं सिस्टम जिहड़ा इंस्टॉल होया। पावर मिल प्रोडक्शन, ऑटोमेटेड वेयर हाउसिंग, ग्लास बैचिंग, सो ये नंबर ऑफ एप्लीकेशन, इस तो अलावा बहुत जगह पर आप यूज़ कर सकते हैं इनू, इनू पैकेजिंग इंडस्ट्रीज़ के भी आप यूज़ कर सकते हैं जिते पैकेजिंग होवे आपां नूं होवे भी इन्नी काउंटिंग तो बाद अगला बैच बन जाए तो उत्थे भी आप यूज़ कर सकते हैं, नंबर ऑफ एप्लीकेशनस आ। नैक्सट मेरे को आ जाता है PLC मैन्यूफैक्चरर्स, यानी कि PLC कंपनीज़ जो बना ये अपने को एक ABB आ जाती है, एलन ब्रैडली, सीमेंस, मिस्तबुशी तुम्हें सुनया होना मिस्तबुशी के AC भी आते हैं, कार्स भी पहले आदि सी, हनीवेल, मोटरोला जिन्हों के सैलफोनस आते, हिताची, जनरल इलैक्ट्रिक, बट मोस्टली जोड़े सब तो वध तो सब तो वधिया जोड़े PLC मैन्यूफैक्चरर है ना वो अपने को यही ने। एक तो मेरे को इतने तुम मैं हाईलाइट करके दस देना, एक तो मेरे को एलन ब्रैडली, एक सीमेंस, एक मिस्तबुशी, यही जिहड़ियां तीन कंपनीज आ मोस्टली इन्हां दीआं ही अपने PLCs जिहड़ियां आ यूज़ करते हैं, बहुत पुरानियां मैन्यूफैक्चरर ने। सो ये सीगे अपना चैप्टर फस्ट जिदे विच आपां बहुत सारी डिटेल दे विच आपां पढ़िया चीज़ां नूं, काफ़ी कुछ तुहानूं पता लगा होगा PLC दे बारे, बेसिक सीगा PLC दा सारा ये। बाकी आपां अगे भी जिहड़ा PLC दे बारे आपां करांगे सैकंड चैप्टर जिहदा नाम हैगा वर्किंग ऑफ PLC, जिहदे विच आपां हर पार्ट दी जिहड़ी तुहानूं चंगी तरह वर्किंग दसांगे PLC कितना वर्क करदी है। थैंक यू।